ਕਾਰ ਚਲਾਉਣੀ ਸਿੱਖ ਰਹੀ ਮਹਿਲਾ ਦੀ ਗਲਤੀ ਦੇ ਕਾਰਨ ਇੱਕ ਘਰ ਉੱਜੜ ਗਿਆ। ਖਬਰ ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਹਾਇ ਦੀ ਹੈ, ਜਿੱਥੇ ਭਿਆਨਕ ਹਾਦਸਾ ਵਾਪਰਿਆ। ਮੋਹਨ ਕੇ ਉਤਾੜ ਦੇ ਵਿੱਚ ਅਲਟੋ ਕਾਰ ਚਲਾ ਰਹੀ ਮਹਿਲਾ ਨੇ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਤੋਂ ਲੰਘ ਰਹੀ ਸਕੂਲੀ ਵੈਨ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਲੀ ਵੈਨ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਕਿੰਨਾ ਭਿਆਨਕ ਸੀ, ਇਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ। ਹਾਦਸੇ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਭਿਆਨਕ ਹਾਦਸਾ ਹੁੰਦਾ ਸਾਫ਼ ਦਿਖਾਈ ਦੇ ਰਿਹਾ। ਦੱਸਿਆ ਜਾ ਰਿਹਾ ਕਿ ਕਾਰ ਚਾਲਕ ਮਹਿਲਾ ਸੁਨੀਤਾ ਰਾਣੀ ਆਪਣੇ ਪਤੀ ਪਵਨਦੀਪ ਦੇ ਨਾਲ ਡਰਾਈਵਿੰਗ ਸਿੱਖ ਰਹੀ ਸੀ ਅਤੇ ਇਸ ਦੌਰਾਨ ਉਸਦੀ ਗਲਤੀ ਕਾਰਨ ਇਹ ਵੱਡਾ ਹਾਦਸਾ ਹੋ ਗਿਆ। ਮ੍ਰਿਤਕ ਵੈਨ ਚਾਲਕ ਦੀ ਉਮਰ 31 ਤੋਂ 32 ਸਾਲ ਦੱਸੀ ਜਾ ਰਹੀ ਹੈ, ਜਿਸ ਦੇ 6 ਸਾਲ ਦਾ ਇੱਕ ਬੱਚਾ ਵੀ ਹੈ। ਵੈਨ ਚਾਲਕ ਰਿੰਕੂ ਦੀ ਮੌਤ ਕਾਰਨ ਪਰਿਵਾਰ ਉੱਜੜ ਗਿਆ, ਕਿਉਂਕਿ ਕਮਾਉਣ ਵਾਲਾ ਉਹ ਇਕਲੌਤਾ ਜੀ ਸੀ। ਰਿੰਕੂ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਜੀ, ਪਿੰਡ ਮੋਹਨ ਕੇ ਠਾੜ ਹੈ, ਮੋਹਨ ਕੇ ਠਾੜ ਤੋਂ ਇਹ ਜਿਹੜਾ ਲੜਕਾ ਰਿੰਕੂ ਹੈ, ਸਕੂਲ ਵੈਨ ਦੇ ਬੱਚੇ ਲੈ ਕੇ ਜਾਂਦਾ ਲਿਟਲ ਫਲਾਵਰ ਸਕੂਲ ਦੇ ਵਿੱਚ, ਔਰ ਸੁਬਹਾ 7:30 ਵਜੇ ਬੱਚੇ ਜਿਹੜੇ ਵੱਡੇ ਹੈ ਇੱਕ ਗੇੜਾ ਪਹਿਲਾਂ ਲੈ ਕੇ ਜਾਂਦੇ ਆ, ਛੋਟੇ ਬੱਚਿਆਂ ਨੂੰ ਬਾਅਦ ਦੇ ਵਿੱਚ ਲੈ ਕੇ ਜਾਂਦੇ ਆ। ਅਤੇ ਤਕਰੀਬਨ 7:30 ਵਜੇ ਜਦੋਂ ਵਾਪਸੀ ਆ ਰਹੇ ਸੀ ਸਕੂਲ ਦੇ ਵਿੱਚ ਬੱਚੇ ਵੱਡੇ ਛੱਡਣ ਤੋਂ ਬਾਅਦ, ਤਾਂ ਇੱਕ ਲੜਕੀ ਹੈ ਜਿਹੜੀ ਅਲਟੋ ਕਾਰ ਦੇ ਉੱਪਰ ਡਰਾਈਵਰੀ ਸਿੱਖ ਰਹੀ ਸੀ, ਉਹ ਮੋਹਣ ਕੇ ਉਤਾੜ ਪਿੰਡ ਦੇ ਕੋਲ, ਜਿਵੇਂ ਕਿ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੈ, ਉਹਦੇ ਨਾਲ ਘਰ ਵਾਲਾ ਸੀ। ਕੁੜੀ ਦਾ ਨਾਂ ਸੁਨੀਤਾ ਰਾਣੀ ਹੈ ਔਰ ਉਹਦੇ ਘਰ ਵਾਲੇ ਦਾ ਨਾਂ ਜਿਹੜਾ ਉਹ ਪਵਨਦੀਪ ਹੈ। ਬਹਾਦਰ ਕੇ ਦੀ ਉਹ ਲੜਕੀ ਹੈ, ਛੋਟੀ ਪਿੰਡੀ ਉਹ ਕੁੜੀ ਵਿਆਹੀ ਹੋਈ ਹੈ। ਉਸ ਲੜਕੀ ਦੀ ਗਲਤੀ ਦੇ ਕਾਰਨ ਉਹਨਾਂ ਨੇ ਜਿਹੜੀ ਉਹ ਕਾਰ ਹੈ ਡਿਵਾਈਡਰਾਂ ਦੇ ਉੱਪਰੋਂ ਦੀ ਚੜਾ ਕੇ ਸਿੱਧਾ ਜਿਹੜੀ ਹੈ ਵੈਨ ਦੇ ਵਿੱਚ ਮਾਰੀ ਹੈ, ਅਤੇ ਵੈਨ ਦੇ ਵਿੱਚ ਡਾਇਰੈਕਟ ਹਿੱਟ ਹੋਣ ਕਾਰਨ ਜਿਹੜਾ ਮੌਕੇ 'ਤੇ ਹੀ ਰਿੰਕੂ ਸੀਗਾ ਲੜਕਾ, ਉਹ ਮੌਕੇ 'ਤੇ ਖਤਮ ਹੋ ਗਿਆ। ਸਭ ਤੁਹਾਡੇ ਸਾਹਮਣੇ ਹੈ, CCTV ਦੇ ਵਿੱਚ ਵੀ ਹੈ, ਹੋਰ ਵੀਡੀਓ ਬਣੀਆਂ ਹੋਈਆਂ, ਲੜਕੀ ਜਿਹੜੀ ਡਰਾਈਵਰੀ ਕਰਦੇ ਦੀ ਉਹ ਵੀ ਵੀਡੀਓ ਹੈਗੀ ਹੈ। ਕਿੰਨੀ ਸਾਲ ਉਮਰ ਸੀਗੀ ਤੁਹਾਡੇ ਬ੍ਰਦਰ ਦੀ, ਉਹ ਕੀ ਉਹਨਾਂ ਦਾ ਨਾਮ ਸੀਗਾ, ਉਹਨਾਂ ਦਾ ਵਿਆਹ ਹੋਇਆ ਸੀਗਾ? ਬਿਲਕੁਲ ਜੀ, ਦੇਖੋ ਰਿੰਕੂ ਮਹਿਜ 31 ਤੋਂ 32 ਕੁ ਸਾਲ ਦੀ ਉਮਰ ਹੋਏਗੀ, 6.5-7 ਸਾਲ ਦਾ ਛੋਟਾ ਬੱਚਾ ਹੈ, ਵੈਨ ਚਲਾ ਕੇ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਕਰਦਾ ਹੈ, ਗਰੀਬ ਪਰਿਵਾਰ ਦੇ ਵਿੱਚੋਂ ਬਿਲੋਂਗ ਕਰਦਾ, ਇੱਕ ਵੈਨ ਹੀ ਸੀ ਜਿਹਦੇ ਨਾਲ ਉਹਦੇ ਘਰ ਦੀ ਰੋਜ਼ੀ ਰੋਟੀ ਚੱਲਦੀ ਸੀ, ਅਤੇ ਅੱਜ ਉਹ ਪਰਿਵਾਰ ਦਾ ਡਿਵਾ ਬੁੱਝ ਗਿਆ ਜੀ। ਅਤੇ ਉਹਨਾਂ ਦਾ ਛੋਟਾ ਬੱਚਾ ਹੈ, ਪਤਾ ਨਹੀਂ ਉਸ ਬੱਚੇ ਦਾ ਰੱਬ ਰੱਖਿਆ ਜੀ। ਮੰਗ ਦੇਖੋ ਜੀ, ਪ੍ਰਸ਼ਾਸਨ ਨੂੰ ਅਸੀਂ ਧਰਨਾ ਵੀ ਦਿੱਤਾ ਸੀ ਸੁਬਹਾ ਪਹਿਲਾਂ, 1 ਘੰਟਾ ਬੈਠਣ ਦੇ ਬਾਵਜੂਦ ਵੀ ਜਦੋਂ ਪ੍ਰਸ਼ਾਸਨ ਨਹੀਂ ਆਇਆ ਸਾਨੂੰ ਫਿਰ ਧਰਨਾ ਦੇਣਾ ਪਿਆ। ਉਸ ਤੋਂ ਬਾਅਦ ਇੱਕ ASI ਨੇ, ਫਿਰ DSP ਅਤੁਲ ਸੋਨੀ ਜੀ ਨੇ, ਉਹਨਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਸੀ ਅਸੀਂ ਪਰਚਾ ਦੇ ਦਿੰਦੇ ਹਾਂ, ਅਤੇ ਪਰਚਾ ਦੇਣਾ ਬਣਦਾ ਵੀ ਹੈ ਜੀ, ਸਾਰੀ ਵੀਡੀਓ ਸਾਹਮਣੇ ਆਉਣ ਦੇ ਬਾਵਜੂਦ ਵੀ ਜੇ ਕੋਈ ਬਚਾਅ ਕਰਦਾ ਉਹਨਾਂ ਦਾ ਤਾਂ ਗਲਤ ਹੈ ਜੀ, ਬਿਲਕੁਲ ਗਲਤ ਹੈ।